ਪ੍ਰਾਈਮ ਇਸ਼ਿਆਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਕੌਰ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੁਹਾਹਾ ਹਾਜ਼ਰਾਂ ਤੇ ਅਰੋਸੇ ਤਰ੍ਹਾਂ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਹੋਣਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਪੰਨੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਹਰਸਿਮਰਨ ਜੀ ਸਤਿ ਸ਼੍ਰੀ ਅਕਾਲ ਪਨੂ ਸਾਹਿਬ ਅੱਜ ਇੱਕ ਵਾਰ ਫੇਰ ਤੋਂ ਗਵਰਨਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਹੈ ਕੱਲ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਕ ਕਰਨਾ ਸੀ ਗਵਰਨਰ ਦੇ ਖਿਲਾਫ ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਚਿੱਠੀ ਭੇਜ ਦਿੱਤੀ ਹੈ ਪਨੂ ਸਾਹਿਬ ਇਸ ਚਿੱਠੀ ਦੇ ਕੀ ਮਾਇਨੇ ਨੇ ਇਹ ਚਿੱਠੀ ਲੱਗਦਾ ਹੈ ਕਿ ਕਾਨੂੰਨੀ ਉਲਝਣਾ ਤੋਂ ਆਪਣੇ ਆਪ ਨੂੰ ਅਗੇਤੇ ਬਚਾਉਣ ਦਾ ਯਤਨ ਇੱਕ ਕੀਤਾ ਗਿਆ ਇਹਦੇ ਵਿੱਚ ਇਹ ਵੀ ਆਖਿਆ ਗਿਆ ਕਿ ਤੁਸੀਂ ਵਿਧਾਨ ਸਭਾ ਦੇ ਸਮਾਗਮ ਵਿੱਚ ਆਖਿਆ ਤੇ ਬਾਹਰ ਵੀ ਆਖਿਆ ਕਿ ਗਵਰਨਰ ਸਾਹਿਬ ਸਾਡੇ ਬਿੱਲਾਂ ਦੀ ਪ੍ਰਵਾਨਗੀ ਨਹੀਂ ਦਿੰਦੇ ਤੁਸੀਂ 27 ਬਿੱਲ ਭੇਜੇ ਸੀ ਬਾਈਆਂ ਦੀ ਪ੍ਰਵਾਨਗੀ ਮੈਂ ਦੇ ਦਿੱਤੀ ਆ ਤੇ ਪੰਜ ਜਿਹੜੇ ਆ ਉਹਨਾਂ ਦੇ ਵਿੱਚੋਂ ਤਿੰਨਾਂ ਬਾਰੇ ਮੈਂ ਵਿਚਾਰ ਕਰਦਾ ਜੋ ਕੁਝ ਕਰਨਾ ਗਵਰਨਰ ਸਾਹਿਬ ਨੇ ਕਹਿਤਾ ਉਹਨਾਂ ਨੂੰ ਕਹਿਣ ਦਾ ਹੱਕ ਹੈ ਗਵਰਨਰ ਸਾਹਿਬ ਨੂੰ ਕੋਈ ਰੋਕ ਥੋੜਾ ਸਕਦਾ ਵੱਡਾ ਮੁੱਦਾ ਇਹ ਆ ਕਿ ਗਵਰਨਰ ਸਾਹਿਬ ਨੇ ਆਪਣੀ ਪੋਜੀਸ਼ਨ ਇੰਨੀ ਹਾਸੋਈ ਨਹੀਂ ਕਰ ਦਿੱਤੀ ਆ ਜਿੰਨੀ ਅੱਜ ਤੱਕ ਪੰਜਾਬ ਦੇ ਕਿਸੇ ਗਵਰਨਰ ਦੀ ਹੋਈ ਨਹੀਂ ਸੀ ਇਥੋਂ ਤੱਕ ਕਿ ਵਿਧਾਨ ਸਭਾ ਦੇ ਸੈਸ਼ਨ ਵਿੱਚ ਪਹਿਲਾ ਭਾਸ਼ਣ ਪੜ੍ਹਦੇ ਆਖਿਆ ਮਾਈ ਗਵਰਨਮੈਂਟ ਆਪੋਜੀਸ਼ਨ ਲੀਡਰ ਨੇ ਆਖਿਆ ਗਵਰਨਮੈਂਟ ਤੁਹਾਨੂੰ ਆਪਣਾ ਗਵਰਨਰ ਨਹੀਂ ਮੰਨਦੀ ਤੇ ਕਹਤਾ ਮੈਂ ਨਹੀਂ ਕਹਦਾ ਮਾਈ ਸਿਰਫ ਗਵਰਨਮੈਂਟ ਕਹੂੰਗਾ ਜਦੋਂ ਮੁੱਖ ਮੰਤਰੀ ਨੇ ਆਖਿਆ ਸੰਵਿਧਾਨਚਾਰ ਤੇ ਫਿਰ ਕਹਦਾ ਚੱਲ ਮੈਂ ਮਾਈ ਗਵਰਨਮੈਂਟ ਕਹਿ ਦਿੰਦਾ ਜਿਹੜੇ ਗਵਰਨਰ ਨੂੰ ਇਹ ਹੀ ਨਹੀਂ ਪਤਾ ਮੈਂ ਸੰਵਿਧਾਨਿਕ ਤੌਰ ਤੇ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਵਿਧਾਨ ਸਭਾ ਦੇ ਸਮਾਗਮ ਚ ਤਿੰਨਾ ਵਣ ਤਿੰਨਾ ਮਿੰਟਾਂ ਚ ਤਿੰਨ ਵਾਰ ਸਟੈਂਡ ਬਦਲ ਜਾਂਦਾ ਉਸ ਗਵਰਨਰ ਨੂੰ ਇਹ ਸੋਚਣਾ ਚਾਹੀਦਾ ਕਿ ਲੋਕ ਉਹਦੇ ਬਾਰੇ ਕੀ ਸੋਚਦੇ ਹੋਣਗੇ ਲੋਕਾਂ ਨੇ ਇਹ ਨਹੀਂ ਵੇਖਣਾ ਕਿ ਗਵਰਨਰ ਸਾਹਿਬ ਕਹਿੰਦੇ ਆ ਮੈਂ ਤਿੰਨ ਰਾਜਾਂ ਦਾ ਗਵਰਨਰ ਰਹਿ ਚੁੱਕਾ ਇਹ ਵੇਖਣਾ ਗਵਰਨਰ ਸਾਹਿਬ ਅਮਲ ਵਿੱਚ ਕੀ ਕਰਦੇ ਆ ਜੇ ਪੰਜਾਬ ਸਰਕਾਰ ਕੋਈ ਵਾਈਸ ਚਾਂਸਲਰ ਲਾਵੇ ਤੇ ਗਵਰਨਰ ਸਾਹਿਬ ਫਾਈਲ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੰਦੇ ਕਹਿੰਦੇ ਮੈਂ ਨਿਯੁਕਤੀ ਦੀ ਪ੍ਰਵਾਨਗੀ ਨਹੀਂ ਦਿੰਦਾ ਇਹ ਪ੍ਰਵਾਨਗੀਆਂ ਜਿਹੜੀਆਂ ਰੋਕੀਆਂ ਅੱਜ ਤੱਕ ਪੰਜਾਬ ਦੇ ਕਦੇ ਕਿਸੇ ਗਵਰਨਰ ਨੇ ਪੰਜਾਬ ਦੀ ਕਦੇ ਕਿਸੇ ਸਰਕਾਰ ਦੀਆਂ ਪ੍ਰਵਾਨਗੀਆਂ ਰੋਕੀਆਂ ਸੀ ਇੱਕ ਗਵਰਨਰ ਸਾਹਿਬ ਹਰ ਮਾਮਲੇ ਦੇ ਵਿੱਚ ਡਿੱਕਾ ਪਾਉਂਦੇ ਆ ਰਹੇ। ਆ ਬਿੱਲਾਂ ਦੇ ਮਾਮਲੇ ਵਿੱਚ ਅੱਜ ਤੱਕ ਮੇਰਾ ਨਹੀਂ ਖਿਆਲ ਕਿ ਸਾਰੇ ਭਾਰਤ ਦੇ ਵਿੱਚ ਇੱਕ ਵੀ ਮਿਸਾਲ ਇਹੋ ਜੀ ਹੋਵੇ। ਜਦੋਂ ਕਿਸੇ ਗਵਰਨਰ ਨੇ ਆਪਣੇ ਸੂਬੇ ਦੀ ਅਸੈਂਬਲੀ ਦਾ ਬਜਟ ਸੈਸ਼ਨ ਕਰਨ ਲੱਗਿਆ ਆਖਿਆ ਹੋਵੇ। ਮੈਂ ਪ੍ਰਵਾਨਗੀ ਨਹੀਂ ਦਿੰਦਾ। ਇਹ ਪ੍ਰਵਾਨਗੀ ਦੇਣ ਤੋਂ ਰੋਕਿਆ ਗੱਲ ਸੁਪਰੀਮ ਕੋਰਟ ਤੱਕ ਗਈ। ਸੁਪਰੀਮ ਕੋਰਟ ਨੇ ਆਖਿਆ ਬਜਟ ਪਾਸ ਕਰਨਾ ਇੱਕ ਸੰਵਿਧਾਨਕ ਜ਼ਿੰਮੇਵਾਰੀ ਹੈ। ਤੇ ਗਵਰਨਰ ਸਾਹਿਬ ਇਹ ਨਹੀਂ ਰੋਕ ਸਕਦੇ ਉਹਨਾਂ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਹੈ ਮੇਰਾ ਖਿਆਲ ਉਦੋਂ ਹੀ ਸੁਪਰੀਮ ਕੋਰਟ ਜੇ ਇਹਦੋਂ ਅਗਲਾ ਕਦਮ ਵੀ ਚੁੱਕ ਦਿੰਦੀ ਕਿ ਗਵਰਨਰ ਪ੍ਰਵਾਨਗੀ ਨਾ ਦੇਵੇ ਤੇ ਵਿਧਾਨ ਸਭਾ ਦਾ ਸਪੀਕਰ ਆਪਣੇ ਤੌਰ ਤੇ ਸਦਲਾ ਕਰੇ ਜਿਆਦਾ ਠੀਕ ਸੀ ਨਹੀਂ ਤੇ ਅਗਲੀ ਵਾਰੀ ਫੇਰ ਇਹੋ ਕੁਝ ਹੋਊਗਾ ਇਹ ਸਿਰਫ ਸਾਡੇ ਪੰਜਾਬ 'ਚ ਮਿਸਾਲ ਕਾਇਮ ਹੋਈ ਕਿ ਗਵਰਨਰ ਸਾਹਿਬ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਵੀ ਪ੍ਰਵਾਨਗੀ ਦੇਣ ਤੋਂ ਨਾ ਕੀਤੀ ਤੇ ਫਿਰ ਸਪਰੀਮ ਕੋਰਟ ਦੇ ਵਿੱਚ ਗੱਲ ਜਾਣ ਤੋਂ ਬਾਅਦ ਉਹੀ ਪ੍ਰਵਾਨਗੀ ਦੇਣੀ ਪਈ ਜਿੱਦਾਂ ਮੈਂ ਪਹਿਲਾਂ ਆਖਿਆ ਕਿ ਤਿੰਨਾ ਮਿੰਟਾਂ ਚ ਤਿੰਨ ਫੈਸਲੇ ਬਦਲੇ ਪਹਿਲਾਂ ਮਾਈ ਗਵਰਨਮੈਂਟ ਫਿਰ ਗਵਰਨਮੈਂਟ ਫਿਰ ਮਾਈ ਗਵਰਨਮੈਂਟ ਉਸੇ ਤਰ੍ਹਾਂ ਹੀ ਵਿਧਾਨ ਸਭਾ ਦੇ ਬਜਟ ਸਮਾਗੋ ਬਾਰੇ ਵੀ ਇਹਨਾਂ ਨੇ ਤਿੰਨਾ ਦਿਨਾਂ ਚ ਤਿੰਨ ਫੈਸਲੇ ਬਦਲੇ ਪਹਿਲਾਂ ਉਸ ਬਜਟ ਸੈਸ਼ਨ ਦੀ ਪ੍ਰਵਾਨਗੀ ਦੇ ਦਿੱਤੀ ਫਿਰ ਪਤਾ ਨਹੀਂ ਕਿਹਨੇ ਹੁਕਮਾਰ ਦਿੱਤੀ ਤੇ ਜਦੋਂ ਸਾਰੇ ਐਮਐਲਏ ਚੰਡੀਗੜ੍ਹ ਜਾ ਚੁੱਕੇ ਸਨ ਪ੍ਰਵਾਨਗੀ ਰੱਦ ਕਰ ਦਿੱਤੀ ਤੇ ਫਿਰ ਸੁਪਰੀਮ ਕੋਰਟ ਦਾ ਹੁਕਮ ਆਉਂਦੇ ਸਾਰੀ ਪਰਮਾਨਗੀ ਦੇ ਦਿੱਤੀ ਜੀ ਗਵਰਨਰ ਸਾਹਿਬ ਕੁਝ ਸੋਚ ਕੇ ਵੀ ਕਦਮ ਚੁੱਕਦੇ ਆ ਕਿ ਬਸ ਜਿੰਨ ਲਈ ਗੱਲੀ ਹੋਸੀ ਨਾਲ ਤੁਰ ਚੱਲਨੀ ਲੋਕਾਂ ਦੇ ਦੱਸੇ ਦੇ ਮੁਤਾਬਕ ਇਹ ਕੰਮ ਕਰਦੇ ਆ ਇਹਨਾਂ ਦਾ ਪਿਛਲੇ ਸਮੇਂ ਦਾ ਵਿਹਾਰ ਇਹੋ ਜਿਹਾ ਮੈਨੇ ਕਹਿੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਰੀਆਂ ਗੱਲਾਂ 'ਚ ਠੀਕ ਆ ਨਾ ਉਹ ਸਾਰੀਆਂ ਗੱਲਾਂ 'ਚ ਠੀਕ ਹੋਵੇ ਉਹਦੇ ਮੰਤਰੀਆਂ 'ਚੋਂ ਵੀ ਕਈਆਂ ਦੇ ਉੱਤੇ ਦੋਸ਼ ਲੱਗਦੇ ਹੋਣ ਤੁਸੀਂ ਜੋ ਕਰਨਾ ਕਰ ਲੋ ਪਰ ਸੰਵਧਾਨਿਕ ਜ਼ਿੰਮੇਵਾਰੀਆਂ ਦੇ ਮਾਮਲੇ 'ਚ ਗਵਰਦਨ ਨੂੰ ਇਹ ਸਮਝਣਾ ਚਾਹੀਦਾ ਮੇਰੀ ਪੋਜੀਸ਼ਨ ਕੀ ਆ ਮੇਰੇ ਫਰਜ਼ ਕੀ ਆ ਕਿਹੜੀ ਗੱਲ ਆ ਜਿਹੜੀ ਮੈਨੂੰ ਕਰਨੀ ਚਾਹੀਦੀ ਕਿਹੜੀ ਆ ਜਿਹੜੀ ਅੱਜ ਤੱਕ ਭਾਰਤ ਦੇ ਕਿਸੇ ਰਾਜ ਦੇ ਕਿਸੇ ਗਵਰਦਨ ਨੇ ਨਹੀਂ ਕੀਤੀ ਤੇ ਘੱਟੋ-ਘੱਟ ਮੈਂ ਉਹ ਹੀ ਨਾ ਕਰਾਂ ਜਿਹੜਾ ਬਿਹਾਰ ਗਵਰਨਰ ਸਾਹਿਬ ਦਾ ਪਿਛਲੇ ਸਮੇਂ 'ਚ ਚੰਗਾ ਨਹੀਂ ਰਿਹਾ ਹੁਣ ਜਦੋਂ ਥੋੜੇ ਦਿਨ ਪਹਿਲਾਂ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਸੱਦਿਆ ਗਿਆ ਉਸ ਸਮਾਗਮ ਦੇ ਵਿੱਚ ਇਹ ਦੱਸ ਦਿੱਤਾ ਗਿਆ ਇਹਦੇ ਤੋਂ ਪਹਿਲਾਂ ਤਿੰਨ ਵਾਰੀ ਇਹ ਹੋ ਚੁੱਕੀ ਆ ਗੱਲ ਕਿ ਵਿਧਾਨ ਸਭਾ ਦਾ ਸਮਾਗਮ ਇਸ ਤਰ੍ਹਾਂ ਕੰਟੀਨਿਊ ਕੀਤਾ ਜਾ ਸਕਦਾ ਮੁਲਤਵੀ ਕਰਕੇ ਦੁਬਾਰਾ ਸੱਦਿਆ ਜਾ ਸਕਦਾ ਇਹ ਵੀ ਦੱਸ ਦਿੱਤਾ ਗਿਆ ਕਿ ਵਾਜਪਾਈ ਸਰਕਾਰ ਨੇ ਪਾਰਲੀਮੈਂਟ ਦਾ ਸਮਾਗਮ ਇਹਦਾ ਸੱਦਿਆ ਤੇ ਸੁਪਰੀਮ ਕੋਰਟ ਚ ਗੱਲ ਗਈ ਤੇ ਸੁਪਰੀਮ ਕੋਰਟ ਨੇ ਆਖਿਆ ਕੋਈ ਗਲਤ ਨਹੀਂ ਕੀਤਾ ਸਰਕਾਰ ਨੂੰ ਇਦਾਂ ਕਰਨ ਦਾ ਹੱਕ ਇਹ ਵੀ ਦੱਸਤਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਚ ਕੀਤਾ ਸੀ ਉਹਦੇ ਖਿਲਾਫ ਸੁਪਰੀਮ ਕੋਰਟ ਸ਼ਿਕਾਇਤ ਗਈ ਉਦੋਂ ਵੀ ਸੁਪਰੀਮ ਕੋਰਟ ਨੇ ਆਖਿਆ ਕਰਨ ਦਾ ਹੱਕ ਹੈ ਇਹ ਵੀ ਦੱਸ ਦਿੱਤਾ ਕਿ ਜਿਹੜੇ ਕਾਂਗਰਸੀ ਅੱਜ ਕਹਿੰਦੇ ਵਿਧਾਨ ਸਭਾ ਦਾ ਸਮਾਗਮ ਗਲਤ ਹੈ ਉਹਨਾਂ ਦੀ ਆਪਣੀ ਸਰਕਾਰ ਵੇਲੇ ਕੈਪਟਨ ਅਵਰਿੰਦਰ ਸਿੰਘ ਦੇ ਵਕਤ ਉਹਨਾਂ ਵੀ ਸੱਦਿਆ ਸੀ ਤੇ ਉਹਨਾਂ ਦੇ ਮੰਤਰੀ ਬ੍ਰਹਮਹਿੰਦਰਾ ਨੇ ਚਿੱਠੀ ਲਿਖ ਕੇ ਆਖਿਆ ਸੀ ਕਿ ਇਦਾਂ ਸਦਨਾਂ ਕੋਈ ਗਲਤ ਨਹੀਂ ਇਹ ਜਾਇਜ਼ ਸੀ ਇਹਨਾਂ ਕੁਝ ਸਦਨ ਦੱਸਣ ਤੋਂ ਬਾਅਦ ਜਦੋਂ ਕਿਸੇ ਕੋਲ ਬੋਲਣ ਵਾਸਤੇ ਕੋਈ ਨੁਕਤਾ ਨਹੀਂ ਸਿਰਿਆ ਗਿਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਜੀ ਹੁਣ ਅਸੀਂ ਇਹ ਸਮਾਗਮ ਨਹੀਂ ਕਰਨਾ ਜਿਹੜੀ ਆਪੋਜੀਸ਼ਨ ਖਾਸ ਕਰਕੇ ਕਾਂਗਰਸ ਪਾਰਟੀ ਇਸ ਗੱਲ ਦੇ ਉੱਤੇ ਬਹੁਤ ਉੱਥੇ ਖੱਪਾ ਰਹੀ ਸੀ ਕਿ ਤਾਂ ਗੈਰ ਸੰਵਿਧਾਨਕ ਸਮਾਗਮ ਤੁਸੀਂ ਕਰਦੇ ਹੋ ਇਹਨੂੰ ਬੰਦ ਕਰੋ ਉਹੋ ਹੀ ਜਿਹੜੀ ਕਾਂਗਰਸ ਪਾਰਟੀ ਸੀ ਉਹਨਾਂ ਦੇ ਪ੍ਰਧਾਨ ਨੇ ਪੰਜਾਬ ਦੇ ਨੇ ਆਖਿਆ ਜੀ ਅਸੀਂ ਮੰਨ ਲਏ ਨੇ ਕਿ ਸੰਵਿਧਾਨਕ ਤੁਸੀਂ ਸਮਾਗਮ ਚੱਲਦਾ ਰੱਖੋ ਮੁੱਖ ਮੰਤਰੀ ਨੇ ਕਿਹਾ ਨਹੀਂ ਹੁਣ ਅਸੀਂ ਨਹੀਂ ਚੱਲਦਾ ਰੱਖਣਾ ਹੁਣ ਅਸੀਂ ਸੁਪਰੀਮ ਕੋਰਟ ਜਾਵਾਂਗੇ ਕੰਮ ਉੱਥੋਂ ਮਕਾ ਕੇ ਹੀ ਆਵਾਂਗੇ ਕਿ ਗਵਰਨਰ ਸਾਹਿਬ ਜਦੋਂ ਮਰਜ਼ੀ ਜਿੱਥੇ ਮਰਜ਼ੀ ਡਿੱਕਾ ਪਾ ਦਿੰਦੇ ਆ ਸਾਡੇ ਬਿੱਲ ਵੀ ਉਹਨਾਂ ਨੇ ਰੋਕੇ ਹੋਏ ਹੁਣ ਅਸੀਂ ਸੁਪਰੀਮ ਕੋਰਟ ਤੋਂ ਫੈਸਲਾ ਲੈ ਹੀ ਆਈਏ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਨਹੀਂ ਕਈ ਪਰਸੋ ਨਹੀਂ ਕਈ ਚੌਥੀ ਨਹੀਂ ਕਈ ਪੰਜੌਥੀ ਨਹੀਂ ਕਹੀ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ ਗਵਰਨਰ ਸਾਹਿਬ ਨੇ ਉਸ ਦਿਨ ਦੀ ਚਿੱਠੀ ਕਿਉਂ ਨਾ ਲਿਖੀ ਕੋਣੋ ਕਹਿੰਦੇ ਮੈਂ ਲੀਗਲ ਸਲਾਹ ਕਰਦਾ ਪਿਆ ਮੈਂ ਆ ਕਰਦਾ ਪਿਆ ਮੈਂ ਉਹ ਕਰਦਾ ਪਿਆ ਇਹ ਕਿਹੋ ਜੀਆਂ ਜਿਹੜੀਆਂ ਲੀਗਲ ਸਲਾਹ ਕਾਨੂੰਨੀ ਸਲਾਹ ਜਿਹੜੀਆਂ ਕਰਦਿਆਂ ਇੰਨੇ ਦਿਨ ਲਾਤਦੇ ਨੇ ਇੰਨੇ ਦਿਨਾਂ ਬਾਅਦ ਇੱਕ ਦੋ ਪਹਿਰਿਆਂ ਦੇ ਚਿੱਠੀ ਲਿਖ ਕੇ ਘੱਲ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਕਸਦ ਇਹ ਆ ਕਿ ਤੁਸੀਂ ਹੁਣ ਉੱਥੇ ਨਾ ਜਾਓ ਤੇ ਮੈਂ ਤੁਹਾਨੂੰ ਨਾਲ ਲਿਖਿਆ ਕਿ ਜਿਉਂ-ਜਿਉਂ ਦੇ ਉੱਤੇ ਵਿਚਾਰ ਹੁੰਦੀ ਇਹਨਾਂ ਬਿੱਲਾਂ ਬਾਰੇ ਮੈਂ ਤੁਹਾਨੂੰ ਦੱਸਦਾ ਰਹਾਂਗਾ ਗਵਰਨਰ ਨੂੰ ਇਹ ਕਹਿਣ ਦੀ ਲੋੜ ਕਿਉਂ ਪਈ ਕਿ ਮੈਂ ਤੁਹਾਨੂੰ ਦੱਸਦਾ ਰਹਾਂਗਾ ਹੁਣ ਹਾਲਾਤ ਇਦਾਂ ਦੇ ਆ ਕਿ ਸੁਪਰੀਮ ਕੋਰਟ 'ਚ ਕੇਸ ਚਲਾ ਜਾਣਾ ਮੈਨੂੰ ਇਹ ਪਤਾ ਆ ਕਿ ਆ ਜਿਹੜੇ ਹਾਲਾਤ ਨੇ ਇਹਨਾਂ 'ਚ ਗਵਰਨਰ ਦੀ ਚਿੱਠੀ ਦੇ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਰੁਕਣਾ ਨਹੀਂ ਉਹ ਸੁਪਰੀਮ ਕੋਰਟ 'ਚ ਜਾਣਗੇ ਔਰ ਸੁਪਰੀਮ ਕੋਰਟ ਵਿੱਚ ਇਹ ਮਸਲਾ ਜਦੋਂ ਆਇਆ ਤੇ ਉਹਦੇ ਤੋਂ ਬਾਅਦ ਵਿਚਾਰ ਹੋਣੀ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਪਹਿਲਾਂ ਵੀ ਇਹ ਚਰਚਾ ਰਹੀ ਹੈ ਮੈਂ ਅੱਗੇ ਵੀ ਕਈ ਵਾਰ ਦੱਸਿਆ ਕਿ ਭਾਜਪਾ ਦੇ ਲੀਡਰ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਵਿਆਹਰੀ ਵਾਜਪਾਈ ਨੇ ਪਹਿਲੀ ਵਾਰ ਇਹ ਆਖਿਆ ਸੀ ਕਿ ਗਵਰਨਰ ਚਿੱਟੇ ਹਾਥੀ ਬਣੇ ਪਏ ਨੇ ਉਹਦੇ ਤੋਂ ਬਾਅਦ ਇਹ ਗੱਲ ਕਈ ਵਾਰ ਕਹੀ ਜਾ ਚੁੱਕੀ ਹੈ ਕਈ ਮੁਹਾਵਰਿਆਂ ਚ ਵਰਤੀ ਜਾ ਚੁੱਕੀ ਹੈ ਪੰਜਾਬ ਦੇ ਗਵਰਨਰ ਸਾਹਿਬ ਨੂੰ ਥੋੜਾ ਜਿਹਾ ਆਪਣਾ ਵਿਹਾਰ ਬਦਲਣਾ ਚਾਹੀਦਾ ਬਦਲਦੇ ਕਿੰਨੇ ਬਦਲਦੇ ਮੈਨੂੰ ਪਤਾ ਨਹੀਂ ਪਰ ਮਸਲਾ ਹੁਣ ਸੁਪਰੀਮ ਕੋਰਟ ਦੇ ਰਾਇ ਪੈ ਚੁੱਕਾ ਹੈ ਜੀ ਬਿਲਕੁਲ ਪੰਨੂ ਸਾਹਿਬ ਦੇਖਣ ਵਾਲਾ ਹੋਏਗਾ ਕਿ ਕੀ ਕੱਲ ਵਾਕਈ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਰੁਕ ਕਰਦੀ ਹੈ ਜਾਂ ਨਹੀਂ ਪੰਨੂ ਸਾਹਿਬ ਇਹ ਤਾਂ ਸੀ ਪੰਜਾਬ ਸਰਕਾਰ ਦੀ ਗੱਲ ਉਧਰ ਸ਼ੋਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀਆਂ ਚੋਣਾਂ ਵੀ 8 ਨਵੰਬਰ ਨੂੰ ਹੋਣ ਵਾਲੀਆਂ ਨੇ ਇਸ ਨੂੰ ਲੈ ਕੇ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਤੇ ਪੰਤਕ ਹਲਕਿਆਂ ਦੇ ਵਿੱਚ ਇੱਕ ਵਾਰ ਫੇਰ ਚਰਚਾ ਛਿੜ ਗਈ ਹੈ ਪੰਨੂ ਸਾਹਿਬ ਤੁਸੀਂ ਐਸਜੀਪੀਸੀ ਦੀਆਂ ਚੋਣਾਂ ਤੋਂ ਪਹਿਲਾਂ ਕੀ ਮਾਹੌਲ ਪੰਜਾਬ ਦੇ ਵਿੱਚ ਬਣਦਾ ਦੇਖਦੇ ਹੋ ਉਮਰ ਵਿਆਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਚੋਣ 5 ਸਾਲਾਂ ਬਾਅਦ ਹੋਣੀ ਚਾਹੀਦੀ 5 ਸਾਲ ਤਾਂ ਪਹਿਲਾਂ ਸੁੱਚੇ ਮੋਹ ਲੰਘ ਸੁਪਰੀਮ ਕੋਰਟ ਕੋਲ ਵਿੱਚ ਕੇਸ ਚੱਲਦਾ ਸੀ ਇਹਨਾਂ ਨੂੰ ਚਾਰਜ ਸੰਭਲਣ ਦਾ ਮੌਕਾ ਨਾ ਮਿਲਿਆ 5 ਸਾਲਾਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਜਾ ਕੇ ਫੈਸਲਾ ਹੋ ਗਿਆ ਤੇ 5 ਸਾਲ ਹੋਰ ਮਿਲ ਗਏ ਉਹਨਾਂ 5 ਤੋਂ ਬਾਅਦ ਵੀ ਹੁਣ ਦੋ ਹੋਰ ਲੰਘ ਗਏ ਆ ਮਿਆਦ ਪੁੱਗੀ ਐਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕੋ ਹੀ ਕੰਮ ਹੈ ਜਿਹੜਾ ਹੋ ਰਿਹਾ ਉਹ ਇੱਕ ਹਰ ਸਾਲ ਉਦੇਦਰਾਂ ਦੀ ਚੋਣ ਕਰ ਲੈਂਦੇ ਆ ਤੇ ਇਸ ਵਾਰੀ ਵੀ ਇਹਨਾਂ ਨੇ ਰੱਖ ਲਈ ਐ ਰੱਖ ਲੈਣ ਪਿਛਲੇ ਸਾਲ ਪ੍ਰਧਾਨ ਦੀ ਚੋਣ ਮੌਕੇ ਜਿੰਨਾ ਆਪਸ ਵਿੱਚ ਟਕਰਾਅ ਸਾਹਮਣੇ ਆਇਆ ਸੀ ਬੜੇ ਚਿਰ ਤੋਂ ਨਹੀਂ ਸੀ ਆਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਬਣੀ ਸੀ ਉਹ ਦਿਨ ਬਾਦਲ ਤੇ ਟੋੜਾ ਦੋ ਧੜਿਆਂ ਦਾ ਟਕਰਾਅ ਸੀ ਬਾਦਲ ਸਾਹਿਬ ਨੇ ਆਪਣੇ ਸਾਰੇ ਮੈਂਬਰ ਇਤੋਂ ਚੁੱਕ ਕੇ ਤੇ ਹਰਿਆਣੇ 'ਚ ਆਪਣੇ ਬਾਲਾਸਰ ਫਾਰਮ ਤੇ ਪਹੁੰਚਾ ਦਿੱਤੇ ਸੀ ਤੇ ਟੋੜਾ ਸਾਹਿਬ ਨੇ ਆਪਣੇ ਬੰਦੇ ਅੱਡ-ਅੜ ਥਾਵਾਂ ਤੇ ਰੱਖੇ ਸੀ ਉਦੇ باوجود ਬਾਦਲ ਤੜਾ ਜਿੱਤ ਗਿਆ ਤੇ ਟੜਾ ਟੜਾ ਹਾਰ ਗਿਆ ਸੀ ਕਿਉਂਕਿ ਅਖੀਰਲੇ ਵਕਤ ਜਾ ਕੇ ਸਿਮਰਜੀਤ ਸਿੰਘ ਮਾਨ ਦੇ ਤੜੇ ਨੇ ਉਹਨਾਂ ਨੂੰ ਸਪੋਰਟ ਨਹੀਂ ਸੀ ਕੀਤੀ ਉਦੋਂ ਬਾਅਦ ਅੱਜ ਤੱਕ ਕਦੇ ਟਕਰਾ ਨਹੀਂ ਸੀ ਐਡਾ ਵੱਡਾ ਵੇਖਿਆ ਪਿਛਲੇ ਸਾਲ ਐਡਾ ਟਕਰਾ ਵੇਖਿਆ ਗਿਆ ਕਿ ਸਾਬਕਾ ਪ੍ਰਧਾਨ ਬੀਬੀ ਜ਼ਗੀਰਕੌਰ ਝੰਡਾ ਚੁੱਕ ਖਲੋਤੀ ਉਹਨੇ ਆਖਿਆ ਕਿ ਮੈਂ ਇਹ ਝੰਡਾ ਇਸ ਕਰਕੇ ਚੁੱਕਿਆ ਕਿ ਤੁਸੀਂ ਲਫਾਫਿਆਂ ਚੋਂ ਪ੍ਰਧਾਨ ਕੱਢਦੇ ਹੋ ਮੈਨੂੰ ਵੀ ਤੁਸੀਂ ਲਫਾਫੇ ਚੋਂ ਪ੍ਰਧਾਨ ਬਣਾਇਆ ਪਰ ਹੁਣ ਤੁਹਾਡੇ ਉਸ ਲਫਾਫੇ ਵਿੱਚੋਂ ਪ੍ਰਧਾਨ ਕੱਢਣ ਨੇ ਇਹਨੂੰ ਪੰਜਾਬੀ ਵਿੱਚ ਕਹੋ ਤੇ ਤੁਹਾਡੀ ਉਸ ਲਫਾਫੇਬਾਜੀ ਨੇ ਪਾਰਟੀ ਦੀ ਪੋਜੀਸ਼ਨ ਇੰਨੀ ਹੌਲੀ ਕਰਤੀ ਹੈ ਕਿ 117 ਦੀ ਵਿਧਾਨ ਸਭਾ ਦੇ ਵਿੱਚ ਤੁਹਾਡੇ ਸਿਰਫ 3 ਜਿੱਤੇ ਆ ਜੇ ਤੁਸੀਂ ਪਾਰਟੀ ਨੂੰ ਬਚਾਉਣਾ ਉਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਚਾਉਣੀ ਪਊ ਜੇ ਸ਼੍ਰੋਮਣੀ ਕਮੇਟੀ ਬਚਾਉਣੀ ਆ ਤੇ ਲਫਾਫਾ ਕਲਚਰ ਛੱਡਣਾ ਪਊ ਉਹਦੇ ਖਿਲਾਫ ਮੈਦਾਨ ਚ ਆਗੇ ਅਕਾਲੀ ਦਲ ਨੇ ਆਖਿਆ ਸੀ ਇਹਨੂੰ 20 ਵੋਟਾਂ ਨਹੀਂ ਮਿਲਣੀਆਂ 20 ਦੇ ਬਜਾਏ 42 ਵੋਟਾਂ ਲੈ ਗਈ। ਸਾਰੇ ਹੈਰਾਨ ਸੀ ਇੰਨੀਆਂ ਉਹਨਾਂ ਨੂੰ ਮਿਲ ਗਈਆਂ। ਉਹ ਵੀ ਇਸ ਕਰਕੇ ਅਖੀਰਲੇ ਵਕਤ ਬਹੁਤ ਸਾਰੇ ਮੈਂਬਰਾਂ ਨੂੰ ਇਹ ਆਖਿਆ ਗਿਆ ਪ੍ਰਧਾਨ ਤੈਨੂੰ ਬਣਾਉਣਾ ਨੇ ਸੈਕਟਰੀ ਤੇ ਤੈਨੂੰ ਬਣਾਏ ਪਿਆ ਤੈਨੂੰ ਐਗਜ਼ੀਕਟਿਵ ਚ ਪਾ ਦੇਣਾ ਤੇ ਆਖਰੀ ਦਿਨਾਂ ਚ ਕੁਝ ਲੋਕਾਂ ਨੂੰ ਗਰੰਟਾ-ਗਰੰਟਾ ਵੀ ਜਾਰੀ ਕੀਤੀਆਂ ਗਈਆਂ ਸੀ। ਐਸ ਵਾਰੀ ਬੀਬੀ ਜ਼ਗੀਰਕੌਰ ਚੋਣ ਲੜੇ ਜਾਂ ਨਾ ਲੜੇ ਕੋਈ ਹੋਰ ਆ ਜਾਵੇ ਸਾਹਮਣੇ ਇਹਦੇ ਨਾਲ ਕੀ ਪਰਕ ਪੈਂਦਾ ਚੋਣ ਲੱਗਦਾ ਕਿ ਫੇਰ ਟਕਰਾਅ ਹੋ ਸਕਦਾ। ਉਦੋਂ ਲਈ ਦੋਹਾਂ ਪਾਸਿਆਂ ਤੋਂ ਸਰਗਰਮੀ ਪੂਰੇ ਜ਼ੋਰਾਂ ਤੇ ਹੈ ਇਸ ਵੇਲੇ ਤੇ ਕੋਈ ਕਸਰ ਕਿਸੇ ਪਾਸਿਓਂ ਨਹੀਂ ਛੱਡੀ ਜਾ ਰਹੀ। ਸਭ ਤੋਂ ਵੱਡੀ ਗੱਲ ਇਹ ਆ ਕਿ ਆਮ ਬੋਲੀ ਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਜਾਇਆ ਸਿਰਫ ਸ਼ਰੋਮਣੀ ਕਮੇਟੀ ਕਿਹਾ ਜਾ ਰਿਹਾ। ਸ਼ਰੋਮਣੀ ਕਮੇਟੀ ਦੇ ਅਹੁਦੇਦਾਰ ਵੀ ਗੱਲ ਕਰਦੇ ਆ ਇਹੋ ਕਹਿੰਦੇ ਜੀ ਸ਼ਰੋਮਣੀ ਕਮੇਟੀ ਫਲਾਣੀ ਗੱਲ ਕਰੋ। ਗੁਰਦੁਆਰਾ ਪ੍ਰਬੰਧਕ ਮਾਮਲੇ ਜਿਹੜੇ ਆ ਉਹ ਅੱਖੋਂ ਪਰੋਖੇ ਹੋ ਰਹੇ ਆ ਤੇ ਸ਼ਰੋਮਣੀ ਯਾਨੀ ਵੱਡੇ ਆਪਣੇ ਆਪ ਨੂੰ ਸਾਬਤ ਕਰਨ ਦਾ ਜ਼ੋਰ ਸਾਰਿਆਂ ਤੇ ਲਾ ਰਹੀਆਂ। ਇੱਥੇ ਅੰਦਰ ਜੋ ਕੁਝ ਹੋ ਰਿਹਾ ਬੜੀਆਂ ਗੱਲਾਂ ਤਾਂ ਲੋਕ ਇਤਰਾਜ਼ ਕਰਦੇ ਆ ਕਿ ਮਨਮਤ ਹੋ ਰਿਹਾ ਗੁਰੂ ਸਾਹਿਬ ਦੇ ਵੇਲੇ ਤੋਂ ਦਰਬਾਰ ਸਾਹਿਬ ਦੇ ਵਿੱਚ ਸਿਰਫ ਦੋ ਗੁਰੂਕਾਰ ਉਂਦੇ ਸਨ ਇੱਕ ਦਰਬਾਰ ਸਾਹਿਬ ਤੇ ਇੱਕ ਅਕਾਲ ਤਖਤ ਸਾਹਿਬ ਤੀਸਰਾ ਗੁਰਦੁਆਰਾ ਉੱਥੇ ਨਹੀਂ ਸੀ ਬਣਾਇਆ ਜਾਂਦਾ ਫਿਰ ਉੱਥੇ ਇੱਕ ਧਰਮਸਥਾਨ ਬਣ ਗਿਆ ਹੁਣ ਇੱਕ ਦੂਜਾ ਕਹਿੰਦੇ ਬਣ ਦੀ ਤਿਆਰੀ ਹੋ ਰਹੀ ਆ ਔਰ ਇੱਥੋਂ ਤੱਕ ਮਨਮਤ ਆ ਕਿ ਸਾਰੇ ਭਾਰਤ ਵਿੱਚ ਜਿਹੜੇ ਇੱਕ ਹੇ ਹਿੰਦੂ ਧਰਮ ਨਾਲ ਜੁੜੇ ਹੋਏ ਸਾਧ ਦੇ ਬਾਰੇ ਚ ਕਈ ਕਿਸਮ ਦੇ ਚਰਚੇ ਚੱਲਦੇ ਆ ਬਾਦ-ਵਿਵਾਦ ਵਾਲਾ ਉਹ ਇੱਥੇ ਅੰਮ੍ਰਿਤਸਰ ਆਉਂਦਾ ਤੇ ਕਹਿੰਦੇ ਇੱਕ ਸਿੱਖ ਧਰਮ ਦੀ ਧਾਰਮਿਕ ਹਸਤੀ ਦੇ ਘਰ ਰਹਿੰਦਾ ਤੇ ਫਿਰ ਉਹਨੂੰ ਦਰਬਾਰ ਸਾਹਿਬ ਲਿਆਂਦਾ ਜਾਂਦਾ ਅਕਾਲ ਤਖਤ ਸਾਹਿਬ ਤੇ ਥੋੜੇ ਦਿਨ ਪਹਿਲਾਂ ਫੈਸਲਾ ਹੋਇਆ ਸੀ ਕਿ ਸ੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਵੇ ਉੱਥੇ ਇਤਰ ਫਲੇਲ ਵਗੈਰਾ ਨਹੀਂ ਵਰਤਨੇ ਕਿਉਂਕਿ ਨਾਲ ਚ ਅਲਕੋਹਲ ਪੈਂਦਾ ਉਹ ਸਾਥ ਤੇ ਆਇਆ ਤੋਂ ਇਤਰਫਲੇਲ ਦੀ ਵਰਤੋਂ ਵੀ ਕੀਤੀ ਗਈ ਇਹ ਖ਼ਬਰਾਂ ਚ ਆ ਗਈ ਆ ਪਰ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਆਪਣਾ ਪੱਖ ਸਪੱਸ਼ਟ ਨਹੀਂ ਕੀਤਾ ਜਿਹੜੇ ਗ੍ਰੰਥੀ ਸਿੰਘ ਦਾ ਨਾਂ ਲੱਗਦਾ ਕਿ ਉਹ ਨੇੜਤਾ ਕਰਕੇ ਉਹਨੂੰ ਲਿਆਇਆ ਤੇ ਉਹਨੂੰ ਵੜਾਇਆ ਤੇ ਉਹਨੂੰ ਸਨਮਾਨਿਆ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਸਥਿਤੀ ਸਾਫ਼ ਨਹੀਂ ਕੀਤੀ ਜੇ ਨਿਯਮ ਬਣਾਉਣ ਵਾਲੇ ਤੇ ਉੱਥੋਂ ਐਲਾਨ ਕਰਨ ਵਾਲੇ ਖੁਦ ਹੀ ਨਿਯਮ ਤੋੜਦੇ ਫਿਰ ਅਕਾਲ ਤੱਕ ਸਭ ਤੋਂ ਨਿਯਮ ਦੇ ਐਲਾਨ ਹੁੰਦੇ ਹੁਣ ਤੇ ਉੱਥੋਂ 70-80 ਗੱਜ ਦੂਰ ਦਰਬਾਰ ਸਾਹਿਬ ਵਿੱਚ ਜਾ ਕੇ ਉਹ ਨਿਜਮ ਟੁੱਟ ਜਾਂਦੇ ਹੋਣ ਤੋੜ ਦਿੱਤੇ ਜਾਂਦੇ ਹੋਣ ਤੇ ਸ਼੍ਰੋਮਣੀ ਕਮੇਟੀ ਸਿਰਫ ਸ਼੍ਰੋਮਣੀ ਕਮੇਟੀ रह ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਨਾ ਨਿਭਾਵੇ ਫਿਰ ਪ੍ਰਧਾਨ ਦੀ ਚੋਣ ਨਾਲ ਕੀ ਫਰਕ ਪੈਂਦਾ ਉਹ ਕਰੀ ਜਾਓ ਬਾਕੀ ਕੰਮ ਜਿਹੜੇ ਕਰਨ ਵਾਲੇ ਉਹ ਨਹੀਂ ਹੋ ਰਹੇ ਜੀ ਬਿਲਕੁਲ ਠੀਕ ਹੈ ਪਨੂ ਸਾਹਿਬ ਉਧਰ ਜੇਕਰ ਦੇਖੀ ਤਾਂ ਨਰੈਣ ਮੂਰਤੀ ਹੋਰੀ ਇਨਫੋਸਿਸ ਦੇ ਫਾਊਂਡਰ ਫਾਊਂਡਰ ਨੇ ਉਹਨਾਂ ਦਾ ਬਿਆਨ ਆਇਆ ਕਹਿੰਦੇ ਕਿ ਜੇ ਨੌਜਵਾਨ ਵਾਕਈ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਹਫਤੇ ਦੇ ਵਿੱਚ 70 ਘੰਟੇ ਕੰਮ ਕਰਨਾ ਚਾਹੀਦਾ ਹੈ ਪਨੂ ਸਾਹਿਬ ਇਹ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਪੰਜਾਬੀ ਵਿੱਚ ਮੁਹਾਵਰਾ ਜਿੱਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ ਨਰੈਣਾ ਮੂਰਤੀ ਦੀ ਅਸਲੇ ਪੰਜੇ ਉਂਗਲਾਂ ਘਿਓ ਚਾ ਪੈਸਾ ਉਹਦੇ ਕੋਲ ਬਥੇਰਾ ਉਹਦੀ ਕੰਪਨੀ ਜਦੋਂ ਚੱਲ ਪਈ ਤੇ ਦੋਵੇਂ ਜੀ ਜਿਨੇ ਤਰੱਕੀ ਕਰ ਚੁੱਕੇ ਅੱਗੋ ਧੀਜਵਾਈ ਵੀ ਜਵਾਈ ਤਾਂ ਇਸ ਵੇਲੇ ਬ੍ਰਿਟਾਨੀਆ ਦਾ ਯਾਨੀ ਇੰਗਲੈਂਡ ਦਾ ਪ੍ਰਧਾਨ ਮੰਤਰੀ ਹੈ ਉਹ ਹੁਣ ਲੋਕਾਂ ਨੂੰ ਇਹੋ ਜਿਹਾ ਮਤਾਂ ਕਿੱਦਾਂ ਨਾ ਦੇਣਗੇ ਜਿਹੜੀਆਂ ਗੱਲਾਂ ਉਹ ਕਹਿੰਦੇ ਆ ਜਿਹੜੇ ਕਾਨੂੰਨੀ ਮਾਹਰ ਆ ਜਿਹੜੇ ਕਿਰਤ ਸੱਭਿਆਚਾਰ ਨਾਲ ਜੁੜੇ ਆ ਉਹ ਕਹਿੰਦੇ ਜੀ ਜੇ 70 ਘੰਟੇ ਇਹ ਲਾ ਲੈ ਜਾਣ 72 ਘੰਟੇ ਕਰ ਲੋ ਦੋ ਵਧਾ ਕੇ ਤੇ ਜਿਹੜੇ ਹਫ਼ਤੇ ਦੇ ਘੰਟੇ ਆ ਉਹਨਾਂ ਦੇ ਵਿੱਚੋਂ 8 ਘੰਟੇ ਰੋਜ਼ ਸੌਣ ਵਾਸਤੇ ਵੀ ਚਾਹੀਦੇ ਆ 7-8 56 ਵੀ ਪਾ ਲੋ ਤੇ ਫਿਰ ਘਰ ਦੇ ਕੰਮਾਂ ਵਾਸਤੇ ਪਰਿਵਾਰ ਨਾਲ ਗੱਲਬਾਤ ਵਾਸਤੇ ਹੋਰ ਗੱਲਾਂ ਵਾਸਤੇ ਕਿਹੜਾ ਸਮਾਂ ਬਚ ਜਾਏਗਾ ਇਹਨਾਂ ਦੀ ਜਿਹੜੀ ਹੈਗੀ ਆ 70 ਘੰਟੇ ਵਾਲੀ ਗੱਲ ਇਹਦਾ ਮਤਲਬ ਕਿ ਰੋਜ਼ ਦੇ 10 ਘੰਟੇ ਬੰਦਾ ਕੰਮ ਕਰੇ ਇੱਕ ਮੌਕਾ ਸੀ ਜਦੋਂ ਸੂਰਜੋ ਸੂਰਜੀ ਲੋਕ ਕੰਮ ਕਰਦੇ ਸੀ ਤਾਰੇ ਚੜਿਆਂ ਤੋਂ ਆ ਕੇ ਫੈਕਟਰੀ 'ਚ ਵੜ ਜਾਂਦੇ ਸੂਰ ਚੜ੍ਹਨ ਤੋਂ ਪਹਿਲਾਂ ਕੰਮ ਕਰਦੇ ਸੀ ਤੇ ਤਾਰੇ ਫਿਰ ਚੜ ਜਾਂਦੇ ਸੀ ਤੇ ਰਾਤ ਨੂੰ ਘਰ ਜਾਂਦੇ ਸੀ ਉਦੋਂ ਇੱਕ ਵਰਕਰ ਨੂੰ ਪੁੱਛਿਆ ਗਿਆ ਸੀ ਤੇਰਾ ਮੁੰਡਾ ਕਿੱਡਾ ਘੋਗਾ ਕਹਿੰਦਾ ਹੈ ਐਡਾ ਉਹ ਕਹਿੰਦੇ ਮੁੰਡਾ ਐ ਉੱਪਰ ਨੂੰ ਹੁੰਦਾ ਤੂੰ ਐ ਕਿਉਂ ਕਹਿੰਨਾ ਕਹਿੰਦਾ ਜੀ ਸਵੇਰੇ ਜਦੋਂ ਮੈਂ ਛੱਡ ਕਿਉਂ ਨਾ ਮੱਜੇ ਤੇ ਸੁੱਤਾ ਹੁੰਦਾ ਜਦੋਂ ਮੈਂ ਜਾਣਾ ਮੱਜੇ ਸੁੱਤਾ ਹੁੰਦਾ ਮੈਂ ਐ ਹੀ ਵੱਧਦਾ ਵੇਖਦਾ ਉਦੋਂ ਸਾਰੀ ਦੁਨੀਆ 'ਚ ਲੜਾਈ ਹੋਈ ਤੇ ਮੰਨਿਆ ਗਿਆ ਸੀ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾਣ ਤੋਂ ਬਾਅਦ ਸੰਘਰਸ਼ ਤੋਂ ਬਾਅਦ 8 ਘੰਟੇ ਕੰਮ ਲਈ ਚਾਹੀਦੇ 8 ਘੰਟੇ ਪਰਿਵਾਰ ਲਈ ਚਾਹੀਦੇ 8 ਘੰਟੇ ਨੀਂਦ ਲਈ ਚਾਹੀਦੇ ਉਹਦੇ ਹਿਸਾਬ ਨਾਲ 56 ਘੰਟੇ ਤੋਂ ਵੱਧ ਕੰਮ ਨਹੀਂ ਹੋ ਸਕਦਾ ਉਦੇ ਵਿੱਚੋਂ ਵੀ ਅੱਧੀ ਛੁੱਟੀ ਕੁਝ ਮਿਲਣੀ ਹੁੰਦੀ ਹੈ ਇਹਨੂੰ ਕ੍ਰਿਸ਼ਨਾ ਮੂ ਨਰੈਣਾ ਮੂਰਤੀ ਸਾਹਿਬ ਆਖਣ ਡਿਆ ਨੇ ਕਿ ਤੁਸੀਂ 70 ਕਰ ਲਓ ਕੁਝ ਲੋਕਾਂ ਦੀਆਂ ਲੋੜਾਂ ਇਹੋ ਜੀਆਂ ਮੈਂ ਨਰੈਣਾ ਮੂਰਤੀ ਨੂੰ ਦੱਸਾਂ ਕਿ ਉਹ 58 ਦੁਣਾ 116 ਤੱਕ ਮਤਲਬ ਕੰਮ ਕਰਦੇ ਪਏ ਨੇ ਇੱਥੇ ਜਲੰਧਰ ਦੇ ਵਿੱਚ ਇੱਕ ਨਿਹੰਗ ਸਿੰਘ ਰਿਕਸ਼ੇ ਵਾਲੇ ਰੇੜੀ ਚਲਾਉਂਦਾ ਹੁੰਦਾ ਉਹਨੂੰ ਕੁਝ ਸਾਲ ਪਹਿਲਾਂ ਅਸੀਂ ਰੋਕ ਕੇ ਤੇ ਜਲਪਾਣੀ ਸ਼ਿਕਾਇਤ ਨਿਹੰਗਸੋ ਜੀ ਗਰਮੀ ਬੜੀ ਜਲ ਚੱਕ ਲਓ ਜਲ ਚੱਕ ਲੱਗੇ ਅਸੀਂ ਚਾਹ ਮੰਗਾ ਲਈ ਬਾਦ ਵਿੱਚ ਅਸੀਂ ਉਹਨਾਂ ਨੇ ਪੁੱਛਿਆ ਨੇ ਆਖਿਆ ਕਰਦੀਆਂ ਲੋੜਾਂ ਮੈਂ ਕਰਦਾ ਉਹਦੇ ਉੱਤੇ ਉਹ ਗਾਰਡਰ ਲੋਏ ਦੇ ਲੱਦ ਕੇ ਤੇ ਟੁੰਦਾ ਹੁੰਦਾ ਸੀ ਤੇ ਉਮਰ ਉਹਦੀ 80 ਸਾਲ ਤੋਂ ਉੱਪਰ ਲੱਗਦੀ ਸੀ ਮੇਰੇ ਇੱਕ ਸੱਜਣ ਨੇ ਜਿਹਦੇ ਬਾਪ ਹੈ ਨਹੀਂ ਉਹਨੇ ਆਖਿਆ ਤੁਸੀਂ ਮੇਰੇ ਪਿਤਾ ਦੇ ਥਾਂ ਜੇ ਮੈਂ ਤੁਹਾਨੂੰ ਨਿਹੰਗ ਸਿੰਘ ਜੀ ਚੋਲਾ ਸਵਾ ਦਿਆ ਨਿਹੰਗ ਸਿੰਘ ਨੇ ਆਖਿਆ ਨਹੀਂ ਮੈਂ ਗੁਰੂ ਦਾ ਸਿੱਖ ਹਾਂ ਸਾਡੇ ਚ ਕਿਰਤ ਸੱਭਿਆਚਾਰਿਆ ਕਿਸੇ ਦਾ ਦਿੱਤਾ ਨਹੀਂ ਖਾਣਾ ਤੁਹਾਡੇ ਕੋਲੋ ਜਲ ਪਾਣੀ ਛਕ ਲਿਆ ਬਹੁਤ ਮਿਹਰਬਾਨੀ ਇਦਾਂ ਕਿਤੇ ਮੈਂ ਵੀ ਤੁਹਾਨੂੰ ਛਕਾ ਦੂੰਗਾ ਪਰ ਇਹ ਚੋਲਾ ਮੈਂ ਆਪਣੀ ਕਿਰਤ ਕਮਾਈ ਚੋਂ ਲਵਾਂਗਾ ਥੋੜੇ ਦਿਨ ਪਹਿਲਾਂ ਇੱਕ ਰਿਕਸ਼ੇਵਾਲਾ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਜੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਅੱਡੇ ਲਾਗੇ ਚੱਲ ਜਾਂਦਾ ਤੇ ਸ਼ਾਮ ਤੱਕ ਜਿੰਨਾ ਚਿਰ ਰੋਟੀ ਦਾ ਜਗਾੜ ਨਹੀਂ ਹੁੰਦਾ ਮੈਂ ਆਖਿਆ ਕੀ ਮਤਲਬ ਉਮਰ ਉਹਦੀ 80ਾਂ ਤੋਂ ਵੱਧ ਸੀ ਕਹਿੰਦਾ ਜੀ ਮੁੰਡਾ ਮਰ ਗਿਆ ਨੌ ਨੂੰ ਪੇਕੇ ਲੈ ਗਏ ਨੇ ਤੇ ਬੱਚੇ ਜਿਹੜੇ ਤਿੰਨ ਨੇ ਤਿੰਨ ਜਾਂ ਚਾਰ ਉਹਨੇ ਦੱਸਿਆ ਕਹਿੰਦਾ ਉਹ ਦੋਵੇਂ ਉਹ ਸਾਡੇ ਕੋਲ ਨੇ ਤੇ ਦਾਦੀ ਉਹਨਾਂ ਨੂੰ ਸੰਭਦੀਆ ਤੇ ਮੈਂ ਸਾਰਾ ਦਿਨ ਰੋਟੀ ਦਾ ਜਗਾੜ ਕਰਦਾ ਉਹ ਬੰਦਾ 8 ਘੰਟਿਆਂ 10 ਘੰਟਿਆਂ ਦੇ ਬਜਾਏ 15 16 ਘੰਟੇ ਰੋਜ਼ ਕੰਮ ਕਰਦਾ ਲੋੜਾ ਹੁੰਦੀਆਂ ਨੇ ਕੁਝ ਲੋਕਾਂ ਕੋਲ ਵੇਲਾ ਟੈਮ ਗੁਜਰਦਾ ਨਹੀਂ ਜਤਿੰਦਰ ਪੰਨੂ ਨੂੰ ਪੁੱਛਿਆ ਜਾਵੇ ਤੇ ਉਹ ਨਰਾਣਾ ਮੂਰਤੀ ਦੇ 17 ਤੋਂ ਵੱਧ 100 ਘੰਟੇ ਤੋਂ ਵੱਧ ਰੋਜ਼ ਦੇ ਕੰਮ ਕਰ ਸਾਬ ਹਫਤੇ ਦੇ ਕੰਮ ਕਰ ਰਿਹਾ ਹਫਤੇ ਦੇ ਜਿਹੜੇ 100 ਘੰਟੇ ਕੰਮ ਕਰਨਾ ਇਹਦਾ ਮਤਲਬ 14 ਘੰਟੇ ਰੋਜ਼ ਵੀ ਕਰ ਰਿਹਾ ਇਸ ਕਰਕੇ ਕਰ ਰਿਹਾ ਕਿ ਵੇਲਾ ਬੈਠਾ ਮੈਂ ਕੁਝ ਨਾ ਕੋਈ ਟ੍ਰਾਂਸਲੇਸ਼ਨ ਦਾ ਕੰਮ ਕਰ ਲੈਂਦਾ ਕੁਝ ਪ੍ਰਾਈਮੇਸੀਆ ਦਾ ਕੀਤਾ ਰੇਡੀਓ ਦਾ ਕੀਤਾ ਅਖਬਾਰ ਦਾ ਕੀਤਾ ਕੁਝ ਮੈਂ ਉਹਨਾਂ ਅਖਬਾਰਾਂ ਵਾਸਤੇ ਕਰਦਾ ਜਿਨ੍ਹਾਂ ਨੇ ਕਹਿ ਦਿੱਤਾ ਨਾ ਉਹਨਾਂ ਕਦੇ ਪੈਸਾ ਦਿੱਤਾ ਨਾ ਮੈਂ ਮੰਗਿਆ ਲਿਹਾਜ ਦੇ ਵਿੱਚ ਹੀ ਸ਼ੌਕ ਦੇ ਵਿੱਚ ਹੀ ਮੈਂ ਕਰੀ ਜਾਦਾ ਵਿਹਲਾ ਬੈਠਾ ਮੈਂ ਕਰ ਰਿਹਾ ਨਰਣਾ ਮੂਰਤੀ ਵੀ ਕਰੀ ਜਾਵੇ ਪਰ ਬਾਕੀ ਲੋਕਾਂ ਚੋਂ ਲੋਕਾਂ ਦੀਆਂ ਲੋੜਾਂ ਵੀ ਵਿਖਣੀਆਂ ਚਾਹੀਦੀਆਂ ਕਿਸੇ ਨੂੰ ਲੋੜ ਵਾਸਤੇ ਤੋਂ ਵੱਧ ਵੀ ਕਰਨਾ ਪੈਣਾ ਨਿਜਮਾ ਕਾਨੂੰਨਾ ਨੂੰ ਤੋੜਨ ਵਾਲੀ ਇਹੋ ਜੀ ਇਸਲਾਦ ਨਰਣਾ ਮੂਰਤੀ ਨੂੰ ਨਹੀਂ ਦੇਣੀ ਚਾਹੀਦੀ ਐਵੇਂ ਹੁਣ ਤਗੜੇ ਘਰ ਚ ਬੈਠਾ ਨੋਟਾਂ ਦੇ ਢੇਰ ਉੱਤੇ ਤੇ ਲੋਕਾਂ ਨੂੰ ਇਹੋ ਜੀ ਅਕਲ ਨਾ ਮੰਡੇ ਆਪਣੀ ਅਕਲ ਆਪਣੇ ਕੋਲ ਸਾਬ ਕੇ ਰੱਖੇ ਤੇ ਜ਼ਿਆਦਾ ਠੀਕ ਹੋਊਗਾ ਜੀ ਪੰਨੂ ਸਾਹਿਬ ਉਧਰ ਪੈਰਾਸ਼ੀਆਈ ਖੇਡਾਂ ਵੀ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ এਸ਼ੀਆਈ ਖੇਡਾਂ ਹੋਈਆਂ ਉਸ ਦੇ ਵਿੱਚ ਵੀ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਇੰਨਾ ਪੈਰਾਸ਼ੀਆਈ ਖੇਡਾਂ ਦੇ ਵਿੱਚ ਵੀ ਭਾਰਤ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਇਹਨਾਂ ਦੇ ਵਿੱਚ ਪੰਨੂ ਸਾਹਿਬ ਖਾਸ ਤੌਰ ਤੇ ਆਰਕਰੀ ਦੇ ਵਿੱਚ ਇੱਕ ਕੁੜੀ ਹੈ ਸ਼ੀਤਲ ਦੇਵੀ ਉਸ ਨੇ 골ਡ ਮੈਡਲ ਹਾਸਲ ਕੀਤਾ ਹੈ ਪੰਨੂ ਸਾਹਿਬ ਤੁਸੀਂ ਇਹਨਾਂ ਖੇਡਾਂ ਨੂੰ ਕਿਵੇਂ ਅੰਕ ਦਿਓ ਜੀ ਹਰਸਿਮਰ ਜੀ ਇਹ ਖੇਡਾਂ ਜੜੀਆਂ ਨੇ ਦੂਸਰੀਆਂ ਸਾਨੂੰ ਓਲੰਪਿਕ ਵੀ ਤੇ ਏਸ਼ੀਆਈ ਗੇਮਸ ਵੀ ਬਹੁਤ ਖਿੱਚ ਪਾਉਂਦੀਆਂ ਪਰ ਜਿਹੜੀਆਂ ਪੈਰਾਓਲੰਪਿਕ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਲੋਕ ਖੇਡਦੇ ਆ ਜਿਨ੍ਹਾਂ ਨੂੰ ਪਹਿਲਾਂ ਅੰਗ ਹੀਣ ਕਿਹਾ ਜਾਂਦਾ ਸੀ ਅੱਜਕੱਲ ਅੰਗ ਹੀਣ ਨਹੀਂ ਕਹਿ ਸਕਦੇ ਦੁਨੀਆ ਦੇ ਉੱਤੇ ਇੱਕ ਨਵਾਂ ਲਫ਼ਜ਼ ਚੱਲ ਪਿਆ ਪ੍ਰਚਲਿਤ ਹੋ ਗਿਆ ਉਹ ਹੈ ਚੈਲੈਂਜਡ ਪਰਸਨ ਇਹ ਉਹ ਲੋਕ ਨੇ ਜਿਨ੍ਹਾਂ ਦੇ ਅੱਗੇ ਕੁਦਰਤ ਨੇ ਇੱਕ ਚੈਲੈਂਜ ਪੇਸ਼ ਕੀਤਾ ਤੇ ਉਹਦਾ ਮੁਕਾਬਲਾ ਕਰ ਰਿਹਾ ਹੈ ਇਹਨਾਂ ਦੀ ਮਜਬੂਰੀ ਕਿੰਨਾ ਅਗੇ ਚੈਲੰਜ ਪੇਸ਼ ਕੀਤਾ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਚੈਲੰਜ ਦਾ ਮੁਕਾਬਲਾ ਕਰਦੇ ਅਸੀਂ ਇਹਨਾਂ ਦਾ ਸਾਥ ਦੇਈਏ ਉਹ ਜਿਹੜੇ ਚੈਲੰਜਡ ਪਰਸਨ ਹੈ ਉਹ ਆਪਣੀਆਂ ਮਜਬੂਰੀਆਂ ਦੇ ਬਾਵਜੂਦ ਜਿਹੜਾ ਮੁਕਾਬਲਾ ਕਰਦੇ ਪਏ ਜਿਹੜੀਆਂ ਖੇਡਾਂ ਉਹ ਖੇਡਦੇ ਪਏ ਸਾਨੂੰ ਦੂਸਰੇ ਸਾਰੇ ਦਿਸਦੇ ਆ ਖੇਡ ਦੇ ਉੱਤੇ ਅਸੀਂ ਤਾੜੀਆਂ ਮਾਰਦੇ ਉਹਨਾਂ ਦਾ ਸਕੋਰ ਗਿਣਦੇ ਕਦੇ ਇਹਨਾਂ ਬਾਰੇ ਵੀ ਸੋਚਿਆ ਕਰੀਏ ਕਿਹੜੇ ਹਾਲਾਤ ਵਿੱਚੋਂ ਆ ਕੇ ਤੇ ਕਿੰਨੀ ਮਿਹਨਤ ਨਾਲ ਇਹ ਕੰਮ ਕਰਦੇ ਪਏ ਬਹੁਤ ਔਖੀਆਂ ਹਾਲਤਾਂ 'ਚ ਨੇ ਤੁਸੀਂ ਕੁੜੀ ਸ਼ੀਤਲ ਦੇਵੀ ਦੀ ਗੱਲ ਕੀਤੀ ਆ ਉਹਨੇ 골ਡ ਮੈਡਲ ਲੈ ਲਿਆ ਤੀਰਅੰਦਾਜ਼ੀ ਦੇ ਵਿੱਚ ਮੈਂ ਸ਼ੀਤਲ ਦੇ ਉਹ ਵੀਡੀਓ ਵੇਖੀ ਆ ਜਿਸ ਤਣਾ ਉਹਨੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਤੀਰਅੰਦਾਜ਼ੀ ਦੇ ਵਿੱਚ ਉਹ ਮੈਡਲ ਜਿੱਤਿਆ ਮਾਫ ਕਰਨਾ ਹੈ ਮੈਨੂੰ ਦੱਸ ਦਿਆਂ ਇੱਕ ਤਾਂ ਦੁੱਖ ਹੁੰਦਾ ਕਿ ਉਸ ਕੁੜੀ ਦੇ ਨਾਲ ਕੁਦਰਤ ਨੇ ਕਿੰਨਾ ਅਨਸਾਫ਼ ਕੀਤਾ ਤੇ ਦੂਸਰਾ ਮਾਣ ਮਹਿਸੂਸ ਹੁੰਦਾ ਕਿ ਉਹਨੇ ਕੁੜੀ ਨੇ ਅਜੇ ਵੀ ਕੁਦਰਤ ਦੇ ਕਹਿਰ ਦੇ ਅੱਗੇ ਹਿੰਮਤ ਨਹੀਂ ਹਾਰੀ ਉਦਿਆਂ ਦੋਵੇਂ ਬਾਵਾ ਇੱਥੋਂ ਅੱਗੇ ਹੈ ਨਹੀਂ ਗਿਆ ਬਾਵਾ ਹੀ ਨਹੀਂ ਉਹਦੇ باوجود ਉਹ ਕੁੜੀ ਕੁਰਸੀ ਦੇ ਉੱਤੇ ਬੈਠ ਕੇ ਇੱਕ ਪੈਰ ਦੇ ਨਾਲ ਤੀਰ ਕਮਾਨ ਚੁੱਕਦੀ ਆ ਦੂਸਰੇ ਨਾਲ ਤੀਰ ਕਮਾਨ ਥੱਲਿਓਂ ਚੁੱਕ ਕੇ ਉਹਦੇ ਚੋਂ ਪੱਥੇ ਚੁੱਕ ਕੱਢ ਕੇ ਆਪਣੇ ਮੂੰਹ ਚੜਾਉਂਦੀ ਆ ਫਿਰ ਮੂੰਹ ਦੇ ਵਿੱਚੋਂ ਪੈਰ ਦੇ ਨਾਲ ਹੀ ਅਗਲੇ ਪਾਸੇ ਕਮਾਨ ਦੇ ਵਿੱਚ ਸੈੱਟ ਕਰਦੀ ਆ ਕਮਾਨ ਦੀ ਫਿਰ ਤਾਰ ਖਿੱਚ ਕੇ ਲਿਆ ਕੇ ਮੂੰਹ ਤੱਕ ਲਿਆਉਂਦੀ ਆ ਮੂੰਹ ਨਾਲ ਤਾਰ ਖਿੱਚਦੀ ਆ ਫਿਰ ਦੂਸਰੇ ਪਾਸੇ ਉਹ ਖਿੱਚ ਕੇ ਇੱਕ ਪਾਸੇ ਉਹ ਮੂੰਹ ਨਾਲ ਫੜ ਕੇ ਦੂਸਰੇ ਪਾਸੇ ਪੈਰ ਨਾਲ ਫੜ ਕੇ ਜਦੋਂ ਛੱਡਦੀ ਐ ਮੈਂ ਦੇਖ ਕੇ ਹੈਰਾਨ ਐ ਮੈਂ ਕੱਲੇ ਬੈਠੇ ਨੇ ਉਹ ਸਾਰੀ ਵੀਡੀਓ ਵੇਖ ਕੇ ਕੱਲੇ ਬੈਠੇ ਨੇ ਸਿਰਫ ਇੱਕ ਬੰਦੇ ਨੇ ਆਪਣੇ ਘਰ 'ਚ ਬੈਠਿਆ ਉਹਦੇ ਵਾਸਤੇ ਤਾੜੀਆਂ ਮਾਰੀਆਂ ਔਰ ਮਾਰੀਆਂ ਉਦੋਂ ਆ ਜੀ ਜਦੋਂ ਉਹਨੇ ਉਸ ਕੁੜੀ ਨੂੰ ਹਰਾਇਆ ਜਿਹਦੀਆਂ ਦੋਵੇਂ ਬਾਹਾਂ ਹੈਗੀਆਂ ਸੀ ਸਰੀਰ ਹੀਟੋਂ ਨਕਾਰਾ ਸੀ ਤੇ ਉਹ ਕੁਰਸੀ ਉੱਤੇ ਸੀ ਪਰ ਬਾਹਾਂ ਤੇ ਦੋਵੇਂ ਹੈਗੀਆਂ ਸੀ ਨਾ ਇਹਨੇ ਪੈਰ ਨਾਲ ਤੀਰ ਚਲਾ ਕੇ ਤੇ 골ਡ ਮੈਡਲ ਫੁੰਡਿਆ ਭਾਰਤ ਦੀ ਇਸ ਧੀ ਦੇ ਵਾਸਤੇ ਵੀ ਤੁਹਾਨੂੰ ਸਾਰਿਆਂ ਨੂੰ ਤਾੜੀਆਂ ਮਾਰਨੀਆਂ ਚਾਹੀਦੀਆਂ ਅਸੀਂ ਇਹ ਗਿਣਦੇ ਸਾਂ ਏਸ਼ੀਅਨ ਖੇਡਾਂ ਦੇ ਵਿੱਚ ਭਾਰਤੀ ਖਿਡਾਰੀਆਂ ਨੇ 100 ਤੋਂ ਵੱਧ ਤਮਗੇ ਜਿੱਤੇ ਆ ਤੇ ਪਹਿਲਾਂ ਨਾਲੋਂ ਸਾਰੇ ਮੌਕਿਆਂ ਨਾਲ ਵੱਧ ਜਿੱਤੇ ਆ ਆ ਪੈਰਾਲੰਪਿਕ ਖਿਡਾਰੀਆਂ ਨੇ ਸਾਡੇ ਧੀਆਂ ਪੁੱਤਰਾਂ ਨੇ ਖਾਸ ਕਰਕੇ ਉਹ ਜਿਹੜੀ ਸ਼ੀਤਲ ਦੇਵੀ ਵਰਗੀ ਕੁੜੀ ਜਿਹਦੀਆਂ ਦੋਵੇਂ ਬਾਹਾਂ ਹੀ ਨਹੀਂ ਤੇ ਪੈਰ ਨਾਲ ਤੀਰ ਕਮਾਨ ਚਲਾ ਕੇ ਪੈਰ ਤੇ ਮੂੰਹ ਦੀ ਮਦਦ ਨਾਲ ਤੇ 골ਡ ਮੈਡਲ ਜਿੱਤਿਆ ਸਾਰੇ ਭਾਰਤੀਆਂ ਨੂੰ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਆ ਔਰ ਇਹ ਕੁਦਰਤ ਦੇ ਚੈਲੰਜ ਦਾ ਜੱਡੀ ਬਹਾਦਰੀ ਨਾਲ ਔਰ ਜਿਨੇ ਸ਼ਾਨਦਾਰ ਤਰੀਕੇ ਨਾਲ ਉਮਰ ਲੋ ਦਾ ਮੁਕਾਬਲਾ ਕਰ ਰਹੀ ਹੈ। ਉਹਦੀ ਮਦਦ ਕਰਨਾ ਉਸ ਮੁਕਾਬਲੇ ਚ ਕੁਦਰਤ ਦੀਆਂ ਸ਼ਕਤੀਆਂ ਦੇ ਅੱਗੇ ਉਹਦੇ ਡਟੇ ਰਹਿਣ ਵਾਸਤੇ ਸਾਰੇ ਭਾਰਤ ਦੇ 140 ਕਰੋੜ ਲੋਕਾਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਸਰਕਾਰ ਸੂਬੇ ਦੀ ਹੋਵੇ, ਸਰਕਾਰ ਕੇਂਦਰ ਦੀ ਹੋਵੇ, ਹਰ ਕਿਸੇ ਨੂੰ ਉਹਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਹੈ। ਜੀ। ਬਿਲਕੁਲ ਠੀਕ ਹੈ ਬਨੂ ਸਾਹਿਬ ਉੱਤਰ ਜੇਕਰ ਦੇਖੀਏ ਤਾਂ ਪਿਆਜ਼ ਦੀਆਂ ਕੀਮਤਾਂ ਬਨੂ ਸਾਹਿਬ ਇਸ ਵੇਲੇ ਅਸਮਾਨ ਛੂਰੀਆਂ ਨੇ 100 ਤੋਂ ਪਾਰ ਹੋ ਚੁੱਕੀਆਂ ਨੇ ਇਸ ਹੁਣ ਜਿਹੜੀ ਪਿਆਜ਼ ਦੀਆਂ ਕੀਮਤਾਂ ਨੇ ਤੇ ਹਰ ਦਾ ਸੀਜ਼ਨ ਵੀ ਸਿਰ ਤੇ ਹੈ ਬਨੂ ਸਾਹਿਬ ਤੁਸੀਂ ਇਸ ਨੂੰ ਕਿਵੇਂ ਆਖੋ ਜਿਹੜੀ ਮਗਰਲੀ ਗੱਲ ਤੁਹਾਂ ਆਖੇ ਤਿਉਹਾਰ ਦਾ ਸੀਜ਼ਨ ਸਿਰ ਤੇ ਹੈ ਅਸਲ 'ਚ ਇੰਨਾ ਪਿਆਜ਼ ਦੀਆਂ ਕੀਮਤਾਂ ਨੂੰ ਅੱਗ ਉਸੇ ਨਾਲ ਹੀ ਲੱਗੀ ਹੈ ਹਰ ਵਾਰੀ ਜਦੋਂ ਤਿਉਹਾਰਾਂ ਦਾ ਸੀਜ਼ਨ ਆਉਂਦਾ ਹੁਣ ਦੀਵਾਲੀ ਵੀ ਆਈ ਖੜੀ ਹੈ ਉਸ ਤੋਂ ਬਾਅਦ ਹੋਰ ਲਗਾਤਾਰ ਗੁਰਪੁਰਬ ਵੀ ਆਉਣੇ ਆ ਅ ਵਕ ਵਕ ਧਰਮਾਂ ਦੇ ਮੁਖੀਆਂ ਦੇ ਜਨਮ ਦਿਨ ਵੀ ਆ ਸਕਦੇ ਆ ਇਕਈ ਕੁਛ ਆ ਰਿਹਾ ਸਾਰਾ ਇਕੱਠਾ ਹੀ ਨਵਾਂ ਸਾਲ ਵੀ ਆਉਣਾ ਪਿੱਛੇ ਲੋਹੜੀ ਵੀ ਤੁਰੀ ਆਉਂਦੀ ਮਾਘੀ ਵੀ ਤੁਰੀ ਆਉਂਦੀ ਹੈ ਇਹ ਸੀਜ਼ਨ ਇਹੋ ਜਿਹਾ ਜਿਹਦੇ ਚ ਸਭ ਤੋਂ ਵੱਧ ਤਿਉਹਾਰ ਆਉਂਦੇ ਆ ਤੇ ਉਸ ਮੌਕੇ ਆ ਕੇ ਹਰ ਵਾਰੀ ਪਿਆਜ਼ ਦੀਆਂ ਕੀਮਤਾਂ ਨੂੰ ਅੱਗੇ ਲੱਗਦੀ ਹੈ ਅੱਗੇ ਇੱਕ ਵਾਰੀ ਜਦੋਂ 200 ਤੋਂ ਕੀਮਤਾਂ ਟੱਪ ਗਈਆਂ ਸੀ ਮਹਾਰਾਸ਼ਟਰ ਦੇ ਕਿਸਾਨ ਨੇ ਟਰਾਲੀ ਲਿਆ ਕੇ ਸੜਕ ਤੇ ਖੜੀ ਕਰਤੀ ਕਹਿੰਦਾ ਮੇਥੋ ਲਿਓ 14 ਰੁਪਏ ਕਿਲੋ ਪਿਆਜ਼ ਲੋਕਾਂ ਸਮਝਿਆ ਮਜ਼ਾਕ ਕਰਦਾ ਉਹ ਖਲੋਗੇ ਉਹ ਕਹਿੰਦਾ ਟਰਾਲੀ 'ਚ ਬੋਰੀਆਂ ਪਰ ਪਰ ਲੈ ਜਾਓ 14 ਰੁਪਏ ਕਿਲੋ ਦਊ ਮੈਂ ਕਿਸਾਨ ਆ ਸਾਡੇ ਕੋਲ 14 ਰੁਪਏ ਕਿਲੋ ਲੈਂਦੇ ਆ ਰਾਹ ਦੇ ਖਰਚੇ ਪਾ ਕੇ 16 ਨੇ 18 ਨੇ 20 ਕਰ ਲੋ 28 ਰੁਪਏ ਕਰ ਲੋ 40 ਰੁਪਏ ਕਰ ਲੋ ਇਹ 200 ਨੂੰ ਵੇਚ ਕੇ ਤੁਹਾਨੂੰ ਲੁੱਟਦੇ ਪਏ ਆ ਜਦੋਂ ਆਹ ਗੱਲ ਸਾਰੇ মিডিਆ 'ਚ ਆਈ ਦੋ ਦਿਨਾਂ ਦੇ ਅੰਦਰ ਅੰਦਰ ਕੀਮਤਾਂ 200 ਤੋਂ ਡਿੱਗਣੀਆਂ ਸ਼ੁਰੂ ਹੋ ਗਈਆਂ ਸੀ ਸਰਕਾਰਾਂ ਦੇ ਵਿੱਚ ਬੈਠੇ ਲੋਕ ਆਪ ਸ਼ਹਿ ਦਿੰਦੇ ਆ ਆਮ ਪ੍ਰਭਾਵ ਹੈ ਕਿ ਜਦੋਂ ਅਗਲੇ ਪਾਸੇ ਪਾਰਲੀਮੈਂਟ ਚੋਣਾਂ ਆਉਣ ਅਸੈਂਬਰੀਆਂ ਚੋਣਾਂ ਔਰ ਅਸੈਂਬਰੀਆਂ ਵੀ ਕਿੰਨੀਆਂ ਸਾਰੀਆਂ ਦੀਆਂ ਇਕੱਠੀਆਂ ਚੋਣਾ ਆਉਣ ਉਹਨਾਂ ਦਿਨਾਂ ਜਾ ਕੇ ਉਹ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਵਧਦੀਆਂ ਹੁੰਦੀਆਂ ਤੇ ਉਹ ਕੀਮਤਾਂ ਵਧਾਈਆਂ ਜਾਂਦੀਆਂ ਤਿਉਹਾਰਾਂ ਨੇੜੇ ਤਾਂ ਕਿ ਮੋਟਾ ਮਾਲ ਕਮਾਇਆ ਜਾਵੇ ਤੇ ਅੱਡ-ਅੱਡ ਪਾਰਟੀਆਂ ਨੂੰ ਚੋਣ ਚੰਦੇ ਵੀ ਚਾਹੀਦੇ ਉਹਦੇ ਵਾਸਤੇ ਵੀ ਹੁੰਦਾ ਭਾਰਤ ਦੇ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਕੀਮਤਾਂ ਆਪਣੇ ਆਪ ਚੜ੍ਹਦੀਆਂ ਨਹੀਂ ਚੜਾਈਆਂ ਜਾਂਦੀਆਂ ਤੇ ਉਹਨਾਂ ਦੇ ਪਿੱਛੇ ਕੁਝ ਨਾ ਕੁਝ ਸਿਆਸੀ ਖੇਡ ਵੀ ਕੰਮ ਕਰਦੀਦੀ ਹੈ ਇਸ ਵਾਰੀ ਫਿਰ ਪਿਆਜ਼ ਦੀਆਂ ਕੀਮਤਾਂ ਚੜ੍ਹ ਰਹੀਆਂ ਨੇ ਜੀ ਬਿਲਕੁਲ ਠੀਕ ਹੈ ਮਨੂ ਸਾਹਿਬ ਤੁਸੀਂ ਖਬਰਾਂ ਤੇ ਚਰਚਾ ਕੀਤੀ ਆਪਣਾ ਸਮਾਂ ਦਿੱਤਾ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸ਼ੁਕਰੀਆ ਜੀ ਪ੍ਰੋਗਰਾਮ ਨੂੰ ਸਮੇਟਣ ਦਾ ਵੇਲਾ ਹੋ ਗਿਆ ਜੀ ਕੱਲ ਫੇਰ ਇਸੇ ਪ੍ਰੋਗਰਾਮ ਦੇ ذریعے ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮਰੀ ਸ਼ਾਅ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ